ਮੈਂ ਸਿਖਾਉਣੀ ਆ ਸਭ ਕੱਜ, ਕੀ ਪਤਾ ਭੋਰਾ ਅਕਲ ਆਈ ਜਾਵੇ। ਉਹ ਕਰਤਾ ਬੇੜਾ ਗੁੱਲ ਟਰੈਕਟਰ ਦਾ, ਕਰਨਾ ਹੀ ਪੈਣਾ ਮੈਨੂੰ। ਓਹ ਇੰਜਣ ਕਰੇਂਗੀ ਫੇਰ, ਤੂੰ ਆ ਵਿੱਚ ਕਿਉਂ ਪਾਈ ਜਾਂਦੀ ਆ ਪੀਣ ਵਾਲੀ ਚੀਜ਼। ਅੱਜ ਮੈਨੂੰ ਸਬਕ ਸਿਖਾਉਣਾ ਹੀ ਪੈਣਾ ਸਾਰਿਆਂ ਨੂੰ। ਸਬਕ ਕਿਵੇਂ, ਮੈਂ ਤੇਰੀ ਗੱਲ ਸਮਝਿਆ ਨੀ। 10 ਲੱਖ ਦਾ ਜੁਗਾੜ ਆ ਜਿਹਦੇ ਜਾ ਕੀ ਪਾਤਾ ਤੂੰ, ਸਮਝ ਤੋਂ ਬਾਹਰ ਹੋਇਆ ਖੜਾ। ਅੱਛਾ, ਆ 10 ਲੱਖ ਦਾ, ਇਹਦੀ ਤੁਹਾਨੂੰ ਫਿਕਰ ਹੈਗੀ ਆ, ਤੇ ਜਿਹੜਾ ਕਰੋੜਾਂ ਦਾ ਸਰੀਰ ਲਈ ਫਿਰਦੇ ਹੋ ਉਹਦੀ ਫਿਕਰ ਨਹੀਂ ਹੈਗੀ। ਮੈਂ ਤੇਰੀ ਗੱਲ ਨਹੀਂ ਸਮਝਿਆ। ਅੱਛਾ, ਜਦੋਂ ਆਹ ਚੀਜ਼ ਇਹਦੇ ਚ ਪੈ ਗਈ ਤਾਂ ਇਹਦਾ ਹੋ ਗਿਆ ਤੁਹਾਡਾ ਨੁਕਸਾਨ। ਜਦੋਂ ਆਹ ਢਿੱਡ ਚ ਜਾਵੜੇ ਉਦੋਂ ਕੋਈ ਨੁਕਸਾਨ ਨਹੀਂ ਹੁੰਦਾ, ਕਰੋੜਾਂ ਦੇ ਅੰਗ ਹੁੰਦੇ ਆ ਕਰੋੜਾਂ ਦੇ, ਤੇ ਜਿਨ੍ਹਾਂ ਦੇ ਖਰਾਬ ਹੋ ਜਾਂਦੇ ਆ ਨਾ ਡਾਕਟਰਾਂ ਨੂੰ ਕਰੋੜ ਰੁਪਇਆ ਵੀ ਦੇਣ ਨੂੰ ਤਿਆਰ ਹੁੰਦੇ ਆ, ਪਰ ਉਹ ਅੰਗ ਨਹੀਂ ਬਦਲੇ ਜਾਂਦੇ। ਗੱਲ ਤਾਂ ਤੇਰੀ ਪਵਨ ਸਹੀ ਹੈ। ਦੋਸਤੋ, ਇਹ ਵੀਡੀਓ ਛੋਟਾ ਜਿਹਾ ਮੈਸੇਜ ਦੇਣ ਵਾਸਤੇ ਸੀ, ਸ਼ਾਇਦ ਤੁਹਾਨੂੰ ਪਸੰਦ ਆਇਆ ਹੋਊਗਾ। ਗੱਲ ਵੀ ਵੈਸੇ ਸਹੀ ਹੈ ਪਵਨ ਦੀ, ਵੀ ਆਪਾਂ 5-10 ਲੱਖ ਦੀ ਜਿਹੜੀ ਗੱਡੀ ਹੁੰਦੀ ਹੈ, ਜਿਵੇਂ ਆਪਾਂ ਕੋਈ ਪੈਟਰੋਲ ਵਾਲੀ ਜਾਂ ਡੀਜ਼ਲ ਵਾਲੀ ਆ, ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੋਈ ਸਾਡੀ ਗੱਡੀ 'ਚ ਪਾਣੀ ਨਾ ਪਾ ਜੇ, ਮਿੱਟੀ ਦਾ ਤੇਲ ਨਾ ਪਾ ਜੇ, ਵੀ ਉਹਦਾ ਇੰਜਨ ਖਰਾਬ ਹੋਣ ਦੀ ਆਪਾਂ ਗੱਲਾਂ ਸੋਚਦੇ ਹਾਂ। ਵੀ ਜਿਵੇਂ ਟਰੈਕਟਰ ਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਖੰਡ ਪਾ ਦਿੰਦੇ ਆ ਲੋਕ ਕਈ, ਉਹਦਾ ਆਪਾਂ ਸੋਚਦੇ ਹਾਂ ਵੀ 10 ਲੱਖ ਦਾ ਟਰੈਕਟਰ ਆ, ਵੀ ਕੋਈ ਉਹਦੇ 'ਚ ਖੰਡ ਨਾ ਪਾ ਦੇ, ਵੀ ਸਾਡਾ ਇੰਜਨ ਕਿਤੇ ਬੋਰ ਨਾ ਕਰਾਉਣਾ ਪੈ ਜੇ, ਵੀ ਕੋਈ ਵੀ ਮਹਿੰਗੀਆਂ ਚੀਜ਼ਾਂ ਮਹਿੰਗੀਆਂ ਮਸ਼ੀਨਰੀਆਂ ਜੇ ਉਹਦੇ ਵਿੱਚ ਕੋਈ ਵੀ ਖਰਾਬੀ ਹੋ ਗਈ ਜਾਂ ਕੋਈ ਉਹਦੇ ਵਿੱਚ ਚੀਜ਼ ਪਾਤੀ ਕਿਸੇ ਨੇ ਟੈਂਕੀ 'ਚ ਗਲਤ, ਤਾਂ ਵੀ ਮਤਲਬ ਨੁਕਸਾਨ ਹੋ ਜੂਗਾ ਬਹੁਤ ਵੱਡਾ। ਪਰ ਦੋਸਤੋ, ਅੱਜ ਕੱਲ੍ਹ ਨਸ਼ਾ ਪੰਜਾਬ 'ਚ ਇੰਨਾ ਵੱਧ ਚੁੱਕਿਆ, ਜਿਵੇਂ ਸ਼ਰਾਬ ਹੋ ਗਈ, ਮਤਲਬ ਕਿ ਹਰੇਕ ਹੀ ਨਸ਼ਾ ਹੋ ਗਿਆ, ਜਿਵੇਂ ਤੰਬਾਕੂ ਬਹੁਤ ਸਾਰੇ ਹੈਗੇ ਨੇ, ਤੰਬਾਕੂ ਹੋਰ ਵੀ ਜਿਹੜੇ ਜੋ ਵੀ ਤੁਸੀਂ ਸੋਚਦੇ ਹੋ, ਜਿਹੜਾ ਰਾਜਸਥਾਨ 'ਚ ਵੀ ਮਿਲਦਾ ਨਸ਼ਾ, ਤਾਂ ਨਸ਼ਾ ਹੀ ਆ ਸਾਰੇ ਤਰ੍ਹਾਂ ਦਾ। ਕੋਈ ਜੋ ਵੀ ਹੈ ਨਸ਼ਾ, ਉਹ ਸਰੀਰ ਦੇ ਜਦੋਂ ਅੰਦਰ ਜਾਂਦਾ ਤਾਂ ਸਰੀਰ ਦਾ ਵੀ ਬਹੁਤ ਵੱਡਾ ਨੁਕਸਾਨ ਕਰਦਾ। ਤੇ ਪਰ ਆਪਾਂ ਦੋਸਤੋ ਉਸ ਚੀਜ਼ ਨੂੰ ਸੋਚਦੇ ਨੀਗੇ, ਆਪਾਂ ਦੱਬੀ ਤੁਰੇ ਆਉਣੇ ਆ। ਜਿਹੜੀ ਚੀਜ਼ ਦੀ ਆਪਾਂ ਨੂੰ ਪਵਨ ਕਦਰ ਕਰਨੀ ਚਾਹੀਦੀ ਆ ਆਪਦੇ ਸਰੀਰ ਨੂੰ, ਜਿਹੜਾ ਇੱਕ ਵਾਰੀ ਮਿਲਣਾ ਉਹਦੀ ਆਪਾਂ ਨੂੰ ਕੋਈ ਕਦਰ ਨਹੀਂ, ਪਰ ਆਪਾਂ ਮਤਲਬ ਕਿ ਹੋਰ ਹੀ ਚੱਕਰਾਂ 'ਚ ਪੈ ਗਏ ਆ। ਵੀ ਆਪਾਂ ਜਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਹੋਰ ਚੀਜ਼ਾਂ ਨੂੰ ਪਸੰਦ ਕਰਨ ਲੱਗ ਗਏ ਆ, ਜਿਹੜੀਆਂ ਕਿ ਚਲੋ ਇੱਕ ਵਾਰੀ ਖਰਾਬ ਹੋ ਜੂਗੀ, ਦੁਬਾਰਾ ਤੋਂ ਆਪਾਂ ਫੇਰ ਮਿਹਨਤ ਕਰਕੇ ਖਰੀਦ ਸਕਦੇ ਆ। ਪਰ ਜਿਹੜਾ ਆਪਣਾ ਸਰੀਰ ਹੈ, ਕਰੋੜਾਂ ਅਰਬਾਂ ਦਾ ਸਰੀਰ ਹੈ, ਜਦੋਂ ਇਹਦਾ ਕੋਈ ਅੰਗ ਖਰਾਬ ਹੋ ਗਿਆ ਨਾ, ਤੁਸੀਂ ਡਾਕਟਰਾਂ ਕੋਲੇ ਕਰੋੜਾਂ ਪੈਸੇ ਲੈ ਕੇ ਭੱਜੇ ਫਿਰੋ। ਇਹਦੀ ਵੈਲਿਊ ਪਾਉਣ ਸਹੀ ਦੇ ਪੁੱਛੇ ਤਾਂ ਵੱਡੇ ਹਸਪਤਾਲਾਂ ਦੇ ਵਿੱਚ ਪਤਾ ਲੱਗਦੀ ਕਿਸੇ ਦਾ ਲੀਵਰ ਖਰਾਬ ਆ ਸਿਰਫ ਆ ਨਸ਼ਿਆਂ ਕਰਕੇ, ਹਾਂਜੀ ਕਿਸੇ ਦਾ ਕੁਛ ਖਰਾਬ ਆ, ਕਿਸੇ ਦੀਆਂ ਕਿਡਨੀਆਂ ਖਰਾਬ ਆ ਨਸ਼ਿਆਂ ਕਰਕੇ। ਤੇ ਸੋ ਦੋਸਤੋ, ਸਾਡਾ ਤਾਂ ਇਹ ਮੈਸੇਜ ਸੀਗਾ ਵੀ ਨਸ਼ੇ ਨੂੰ ਤਿਆਗੋ, ਨਸ਼ੇ ਤੋਂ ਬਿਨਾਂ ਜਿਹੜੀ ਚੀਜ਼ ਆ ਉਹ ਉਹਦੇ ਵਰਗੀ ਮੈਂ ਤਾਂ ਕਹਿੰਦਾ ਕੋਈ ਰੀਸ ਨੀਗੀ। ਹਾਂਜੀ, ਸੋ ਆਪਦੀ ਜਿਹੜੀ ਸਰੀਰ ਦੀ ਸੰਭਾਲ ਕਰੋ, ਇਹ ਵੀ ਤੁਹਾਡਾ ਬਹੁਤ ਮਹਿੰਗਾ ਸਰੀਰ ਹੈ, ਇਹਨੂੰ ਤੁਸੀਂ ਸਸਤਾ ਨਾ ਸਮਝੋ, ਇਹਨੂੰ ਖਰਾਬ ਨਾ ਕਰੋ। ਇਹ ਤਾਂ ਦੋਸਤੋ ਇੱਕ ਵਾਰੀ ਮਿਲਣਾ ਹੈ, ਤੇ ਟਰੈਕਟਰ ਕਾਰਾਂ ਜੀਪਾਂ ਜਿਹੜੀਆਂ ਚੀਜ਼ਾਂ ਦੁਨਿਆਵੀ ਆ ਉਹ ਤਾਂ ਆਪਾਂ ਮਤਲਬ ਕਿ ਜਦੋਂ ਮਰਜ਼ੀ ਖਰੀਦ ਸਕਦੇ ਹਾਂ, ਪੈਸਾ ਹੋਵੇ ਤਾਂ ਚਾਹੇ ਰਾਤ ਨੂੰ ਅੱਧੀ ਰਾਤ ਨੂੰ ਖਰੀਦ ਲਓ। ਹਾਂਜੀ, ਸਾਡਾ ਮੈਸੇਜ ਤੁਹਾਨੂੰ ਕਿਵੇਂ ਲੱਗਿਆ ਵੀਡੀਓ? ਵਧੀਆ ਲੱਗੀ, ਸ਼ੇਅਰ ਜ਼ਰੂਰ ਕਰ ਦਿਓ, ਅਤੇ ਆਪਦੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੀ।